ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸੋਨੀਆ ਹੈ ਅਤੇ ਮੈਂ ਅੰਮ੍ਰਿਤਸਰ ਮਜੀਠਾ ਰੋਡ ਸੰਧੂ ਕਲੋਨੀ ਦੀ ਰਹਿਣ ਵਾਲੀ ਹਾਂ। ਮੈਂ ਆਪਣੇ ਬੇਟੇ ਦੀ ਗਵਾਹੀ ਦੇਣ ਜਾ ਰਹੀ ਹਾਂ। ਪ੍ਰਭੂ ਯਸੂ ਮਸੀਹ ਨੇ ਉਹਨੂੰ ਗੁਪਤ ਅੰਗ ਦੀ ਪ੍ਰੋਬਲਮ ਤੋਂ ਠੀਕ ਕੀਤਾ। ਮੇਰਾ ਬੇਟਾ 6 ਸਾਲ ਦਾ ਹੈ। ਉਹਨੂੰ ਪਿਛਲੇ 7 ਮਹੀਨਿਆਂ ਤੋਂ ਗੁਪਤ ਅੰਗ ਵਿੱਚੋਂ ਮਾਸ ਬਾਹਰ ਆਉਂਦਾ ਸੀ ਉਹਦੇ। ਜਦੋਂ ਮੇਰਾ ਬੇਟਾ ਟੋਇਲਟ ਜਾਂਦਾ ਸੀ ਉਹਦਾ 1.5 ਤੋਂ 2 ਇੰਚ ਮਾਸ ਬਾਹਰ ਆਉਂਦਾ ਸੀ। ਉਹ ਜਿੰਨੀ ਵਾਰੀ ਵੀ ਲੈਟਰਿਨ 'ਚ ਜਾਂਦਾ ਸੀ ਬਾਥਰੂਮ 'ਚ ਅਤੇ ਉਨੀ ਵਾਰੀ ਉਹਦਾ ਮਾਸ ਬਾਹਰ ਆਉਂਦਾ ਸੀ ਅਤੇ ਸਾਨੂੰ ਉਨੀ ਵਾਰੀ ਹੱਥ ਨਾਲ ਉੱਪਰ ਕਰਨਾ ਪੈਂਦਾ ਸੀ ਅਤੇ ਉਹ ਵੀ ਬੜਾ ਪਰੇਸ਼ਾਨ ਹੋ ਗਏ ਅਤੇ ਅਸੀਂ ਵੀ ਕਿ ਕਿਹੜੀ ਪ੍ਰੋਬਲਮ ਉਹਨੂੰ ਆ ਗਈ ਆ, ਸਾਡੇ ਬੱਚੇ ਨੂੰ ਕੀ ਹੁੰਦਾ ਜਾਂਦਾ ਹੈ। ਇਸ ਪ੍ਰੋਬਲਮ ਕਰਕੇ ਅਤੇ ਉਹ ਢਿੱਲਾ ਰਹਿਣ ਲੱਗ ਪਿਆ। ਉਹ ਖੁਦ ਵੀ ਬੜਾ ਪਰੇਸ਼ਾਨ ਹੁੰਦਾ ਸੀ ਅਤੇ ਅਸੀਂ ਵੀ ਉਹਦੇ ਨਾਲ ਬੜਾ ਪਰੇਸ਼ਾਨ ਹੋਣ ਲੱਗ ਪਏ ਕਿ ਸਾਡਾ ਬੇਟੇ ਨੂੰ ਕੀ ਹੁੰਦਾ ਜਾਂਦਾ। ਜਦੋਂ ਸਾਨੂੰ ਇਹ ਪ੍ਰੋਬਲਮ ਦਾ ਹੱਲ ਕੋਈ ਨਹੀਂ ਮਿਲਿਆ ਤਾਂ ਅਸੀਂ ਉਹਨੂੰ ਹੋਸਪਿਟਲ ਲੈ ਕੇ ਗਏ। ਹੋਸਪਿਟਲ ਲੈ ਕੇ ਜਾਣ ਦੇ ਨਾਲ ਡਾਕਟਰ ਨੇ ਦੱਸਿਆ ਕਿ ਇਹਦਾ ਓਪਰੇਸ਼ਨ ਹੋਏਗਾ। ਓਪਰੇਸ਼ਨ ਦਾ ਸੁਣ ਕੇ ਤਾਂ ਅਸੀਂ ਤਾਂ ਇੱਕਦਮ ਡਰ ਗਏ ਸੀ ਦੋਨੇ ਜੀ। ਫਿਰ ਅਸੀਂ ਉਹਨਾਂ ਨੂੰ ਡਾਕਟਰ ਕੋਲ ਸਲਾਹ ਲਿੱਤੀ ਕਿ ਇਹਦਾ ਕੋਈ ਇਲਾਜ ਜਾਂ ਕੋਈ ਦਵਾਈ ਹੋਏਗੀ। ਉਹ ਕਹਿੰਦੇ ਬਿਲਕੁਲ ਨਹੀਂ, ਸਿਰਫ ਇਹਦਾ ਓਪਰੇਸ਼ਨ ਹੀ ਹੋਏਗਾ। ਓਪਰੇਸ਼ਨ ਹੋਏਗਾ ਜਾਂ ਇੰਜੈਕਸ਼ਨ ਲਗਾ ਕੇ ਮਾਸ ਅੰਦਰ ਸੁਕਾ ਦਾਂਗੇ ਇਹਦਾ, ਅਤੇ ਲੇਕਿਨ ਉਹਦੀ ਵੀ ਕੋਈ ਗਰੰਟੀ ਨਹੀਂ ਹੈਗੀ ਕਿ ਇਹ ਫਿਰ ਵੀ ਆ ਸਕਦਾ। ਅਸੀਂ ਕਿਹਾ ਕਿੰਨੀ ਦੇਰ ਤੱਕ ਵਾਪਸ ਕਿੱਦਾਂ ਹੋਏਗਾ? ਉਹ ਕਹਿੰਦੇ 6 ਮਹੀਨੇ ਜਾਂ ਸਾਲ ਵੀ ਲੱਗ ਸਕਦਾ, ਅਤੇ ਕਈਆਂ ਨੂੰ ਕਿ ਆਉਂਦਾ ਹੀ ਨਹੀਂ ਅਤੇ ਕਈਆਂ ਨੂੰ ਆ ਵੀ ਜਾਂਦਾ, ਇਹ ਗਰੰਟੀ ਨਹੀਂ ਹੈਗੀ ਇਹਦੀ। ਅਸੀਂ ਉੱਥੋਂ ਸੁਣ ਕੇ ਵਾਪਸ ਆ ਗਏ ਘਰ। ਅਸੀਂ ਕਿਹਾ ਓਪਰੇਸ਼ਨ ਨਹੀਂ ਅਸੀਂ ਕਰਵਾਉਣਾ। ਉਸ ਤੋਂ ਬਾਅਦ ਫਿਰ ਅਸੀਂ ਪ੍ਰਾਈਵੇਟ ਵੀ 2-3 ਹੋਸਪਿਟਲ 'ਚ ਲੈ ਕੇ ਗਏ। ਬੱਚਿਆਂ ਦਾ ਸਪੈਸ਼ਲਿਸਟ ਸੀਗਾ ਡਾਕਟਰ ਓਰਕੋ, ਉਸਨੇ ਵੀ ਸਾਨੂੰ ਇਹੀ ਦੱਸਿਆ ਕਿ ਇਹਦਾ ਓਪਰੇਸ਼ਨ ਹੋਏਗਾ, ਇਹਦਾ ਹੋਰ ਇਲਾਜ ਕੋਈ ਨਹੀਂ। ਅਸੀਂ ਕਹੇ ਕੋਈ ਦਵਾਈ ਦੇ ਦਿਉ, ਉਹ ਕਹਿੰਦੇ ਜੀ ਦਵਾਈ ਵੀ ਨਹੀਂ ਕੋਈ ਹੈਗੀ। ਡਾਕਟਰ ਓਪਰੇਸ਼ਨ ਕਰਨ ਨੂੰ ਕਹਿੰਦੇ ਸੀ ਲੇਕਿਨ ਉਹਦੀ ਗਰੰਟੀ ਨਹੀਂ ਸੀ ਲੈਂਦੇ ਕਿ ਇਹ ਮਾਸ ਫਿਰ ਵੀ ਦੁਬਾਰਾ ਕਹਿੰਦੇ ਸੀ ਬਾਹਰ ਆਊਗਾ। ਅਤੇ ਅਸੀਂ ਇਸ ਕਰਕੇ ਪਰੇਸ਼ਾਨ ਹੋ ਗਏ ਅਤੇ ਸਾਡੇ ਮਾਮੀ ਜੀ ਹੀ ਉਹ ਚਰਚ ਜਾਂਦੇ ਸੀ, ਸਾਨੂੰ ਉਹਨਾਂ ਨੇ ਦੱਸਿਆ ਸੀ ਚਰਚ ਬਾਰੇ, ਖਾਮੜਾ ਚਰਚ ਬਾਰੇ, ਕਿ ਤੁਸੀਂ ਉੱਥੇ ਜਾਓ, ਤੁਹਾਡਾ ਬੇਟਾ ਬਿਲਕੁਲ ਠੀਕ ਹੋਊਗਾ ਉੱਥੇ ਜਾਣ ਨਾਲ। ਉੱਥੋਂ ਬੜੀ ਬੜੀਆਂ ਬਿਮਾਰੀਆਂ ਦੂਰ ਹੋਈਆਂ ਲੋਕਾਂ ਦੀਆਂ। ਅਸੀਂ ਗਵਾਈਆਂ ਵੀ ਸੁਣੀਆਂ ਸੀ, ਘਰ ਟੀ ਵੀ ਲਗਾ ਕੇ ਦੇਖਦੇ ਹੁੰਦੇ ਸੀ ਉਹਨਾਂ ਦਾ ਪ੍ਰੋਗਰਾਮ, ਅਤੇ ਸਾਨੂੰ ਉੱਥੋਂ ਵੀ ਬੜਾ ਯਕੀਨ ਹੋਇਆ। ਫਿਰ ਅਸੀਂ ਖਾਮੜਾ ਚਰਚ ਜਾਣ ਲੱਗ ਪਏ। ਜਦੋਂ ਪਾਸਟਰ ਜੀ ਨੇ ਕਿਹਾ ਕਿ ਬੱਚਿਆਂ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਰਹੀਆਂ ਨੇ, ਅਤੇ ਮੈਂ ਆਪਣੇ ਬੱਚੇ ਦੀ ਰਿਸੀਵ ਕੀਤੀ ਉਹ ਪ੍ਰੇਅਰ। ਰਿਸੀਵ ਕਰਨ ਤੋਂ ਬਾਅਦ ਉਹਨਾਂ ਨੇ ਨਰਟਿੰਗ ਹੈਂਕੀ ਦੇ ਨਾਲ ਪ੍ਰੇਅਰ ਕੀਤੀ ਅਤੇ ਮੈਂ ਮੋਬਾਈਲ 'ਤੇ ਟੱਚ ਕਰਵਾਇਆ। ਅਤੇ ਜਦੋਂ ਮੈਂ ਘਰ ਆਈ ਤਾਂ ਮੇਰਾ ਬੇਟਾ ਬਾਥਰੂਮ 'ਚ ਗਿਆ ਅਤੇ ਉਹ ਬਿਲਕੁਲ ਠੀਕ ਸੀ। ਕਹਿੰਦਾ ਮੰਮਾ ਮੇਰੇ ਮਾਸ ਨਹੀਂ ਬਾਹਰ ਆਇਆ, ਮੈਂ ਨੋਰਮਲ ਗਿਆ ਸੀ ਲੈਟਰਿੰਗ 'ਚ। ਅਤੇ ਮੈਨੂੰ ਬੜੀ ਹੈਰਾਨਗੀ ਹੋਈ ਅਤੇ ਵੀ ਡਾਕਟਰ ਨੇ ਤਾਂ ਇਹਦਾ ਓਪਰੇਸ਼ਨ ਕਿਹਾ ਸੀ ਅਤੇ ਓਪਰੇਸ਼ਨ ਕਰਕੇ ਵੀ ਕਹਿੰਦੇ ਸੀ ਕਿ ਮਾਸ ਬਾਹਰ ਆਊਗਾ। ਅਤੇ ਮੈਨੂੰ ਫਿਰ ਯਾਦ ਆਇਆ ਕਿ ਅੰਕਲ ਨਰੂਲਾ ਜੀ ਨੇ ਪ੍ਰੇਅਰ ਕੀਤੀ ਸੀ ਬੱਚਿਆਂ ਵਾਸਤੇ ਕਿ ਤੁਹਾਡੇ ਬੱਚੇ ਅੱਜ ਬਿਮਾਰੀਆਂ ਤੋਂ ਆਜ਼ਾਦ ਹੋਣ ਜਾ ਰਹੇ ਆ। ਸੱਚਮੁੱਚ ਉਹਨਾਂ ਦੇ ਸ਼ਬਦ ਕਹੇ ਹੋਏ ਮੇਰੇ ਬੱਚੇ ਦੀ ਲਾਈਫ ਵਿੱਚ ਆਏ ਤਾਂ ਬਿਲਕੁਲ ਠੀਕ ਆ, 3 ਹਫ਼ਤਿਆਂ ਤੋਂ ਬਿਲਕੁਲ ਆਜ਼ਾਦ ਆ, ਹੁਣ ਉਸਨੂੰ ਕੋਈ ਮਾਸ ਨਹੀਂ ਬਾਹਰ ਆਉਂਦਾ, ਉਹ ਨੋਰਮਲ ਟੋਇਲਟ ਜਾਂਦਾ ਅਤੇ ਖੁਸ਼ ਆ, ਆਪਣੀ ਫੈਮਿਲੀ 'ਚ ਅਸੀਂ ਸਾਰੇ ਖੁਸ਼ ਹਾਂ, ਅਤੇ ਉਸ ਕੋਈ ਪ੍ਰੋਬਲਮ ਨਹੀਂ ਉਹਨੂੰ, ਉਹ ਵੀ ਖੁਸ਼ ਰਹਿੰਦਾ, ਨੋਰਮਲ ਸੌਂਦਾ ਬਹਿੰਦਾ, ਲੈਟਰਿੰਗ ਬਾਥਰੂਮ ਜਾਂਦਾ। ਡਾਕਟਰ ਨੇ ਓਪਰੇਸ਼ਨ ਕਿਹਾ ਸੀ ਮੇਰੇ ਬੇਟੇ ਦਾ, ਅਤੇ ਪਰ ਉਹ ਗਰੰਟੀ ਨਹੀਂ ਸੀ ਦਿੰਦੇ ਕਿ ਓਪਰੇਸ਼ਨ ਕਰਨ ਤੋਂ ਬਾਅਦ ਵੀ ਸਹੀ ਹੋਏਗਾ। ਉਹ ਕਹਿੰਦੇ ਮਾਸ ਫਿਰ ਵੀ ਬਾਹਰ ਆਏਗਾ। ਅਤੇ ਪ੍ਰਭੂ ਯਸੂ ਮਸੀਹ ਨੇ ਉਹਦਾ ਓਪਰੇਸ਼ਨ ਕੈਂਸਲ ਕਰਕੇ ਉਸਨੂੰ ਚੰਗਾ ਕੀਤਾ। ਇਸ ਚੰਗਿਆਈ ਦੇ ਲਈ ਮੈਂ ਪ੍ਰਭੂ ਯਸੂ ਮਸੀਹ ਦਾ, ਪ੍ਰੇਰਿਤ ਅੰਕੁਰ ਨਰੂਲਾ ਜੀ ਦਾ ਧੰਨਵਾਦ ਕਰਦੀ ਹਾਂ। ਜੈ ਮਸੀਹ।